ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਜੀ ਤੁਹਾਡਾ? ਅਤੇ ਹੁਣ ਅਸੀਂ ਲੱਗੀ ਆ ਜੀ ਬਾਹਰ ਕੋਲਾ ਸਾਜ ਦੀ ਵੀਡੀਓ ਬਣਦੇ, ਤੁਹਾਨੂੰ ਸੀਨ ਵਿਖਾਉਂਦੇ ਹਾਂ। ਵਿਖਾਉਣਾ ਚਾਚੀ ਨਹੀਂ ਮਿਲੇ ਧਾਰਾ ਕੱਢਣ, ਉਹ ਵੇਖੋ ਉੱਧਰ। ਹੁਣ ਅੰਕਲ ਆਂਟੀ ਵੀ ਆ ਗਏ ਜੀ, ਉਹ ਆ ਗਏ ਅੰਕਲ ਆਂਟੀ। ਹਾਂਜੀ ਸਤਿ ਸ਼੍ਰੀ ਅਕਾਲ ਆਂਟੀ, ਸਤਿ ਸ਼੍ਰੀ ਅਕਾਲ। ਕਹਿੰਦੇ ਕਿਸੇ ਬੰਦੇ ਨੂੰ ਕੁੱਤੇ ਪੈ ਗਏ, ਕੋਈ ਹਥਿਆਰ ਨੀ ਸੀ, ਕੁੱਤੇ ਪੈ ਗਏ ਉਹਨੂੰ ਬੜੇ। ਹਾਂਜੀ, ਉਹਨੇ ਕੀ ਕੀਤਾ, ਦਾਦਾ ਆਪਣਾ ਬੂਸਟਰ ਲਾਇਆ ਤੇ ਬੂਸਟਰ ਲਾ ਕੇ ਇਦਾਂ ਇਦਾਂ ਘੁਮਾਈ ਗਿਆ, ਮਾਰਨ ਲੱਗਾ। ਅੱਛਾ, ਤੁਹਾਡੀ ਅੱਗ ਲਾਈ ਆ, ਮੈਂ ਕਹਿੰਦਾ ਮੈਨੂੰ ਠੰਡ ਦੇ, ਠੰਡ ਬੜੀ ਆ। ਗੱਲਬਾਤ ਸੁਣਾ ਕੋਈ, ਆਂਟੀ ਦਾਂਗ ਲੈ ਚਾਚੂ ਦੁਆਲੇ ਫੇਰਨੀ, ਜਿਹੜੇ ਸੀ ਨਾ ਹਾਂਜੀ ਪ੍ਰੋਡਿਊਸਰ ਜਿਹੜੇ ਸਾਡੇ, ਹਾਂਜੀ ਨਿਰਦੇਸ਼ਕ, ਨਹੀਂ ਨਿਰਦੇਸ਼ਕ ਤੇ ਇਹੀ ਆ ਨਾ, ਪ੍ਰੋਡਿਊਸਰ ਗਏ ਸੀ ਵਿਆਹ ਵੇਖਣ। ਹਾਂਜੀ, ਉਹਨਾਂ ਨੇ ਵੀਡੀਓ ਬਣਾਉਣੀ ਸੀ ਤੇ ਉਹ ਹੁਣ ਆਏ ਵਿਆਹ ਵੇਖ ਕੇ ਨਾ ਧਾਰ ਕੱਢਣ। ਵੀ ਜੇ ਤੁਸੀਂ ਹੁਣੇ ਨਾਲ ਹੀ ਸਾਰੇ ਯਾਰ ਨਾਲ ਹੀ ਵਿਆਹ ਵੇਖ ਕੇ ਆਏ ਆ ਇਕੱਠੇ ਜੀ, ਹੁਣ ਸਾਨੂੰ ਆਂਦਾ ਵੀ ਹੁਣੇ ਆ ਉਹ ਵੀਡੀਓ ਬਣਾਉਣੀ ਆ। ਅੱਛਾ, ਅਸੀਂ ਆਖਿਆ ਚਲੋ ਜੀ ਆ ਜਾਂਦੇ ਆ, ਸਵੇਰ ਨੂੰ ਜ਼ਿਆਦਾ ਠੰਡ ਹੁੰਦੀ ਆ, ਸਵੇਰੇ ਆ ਵੀ ਠੰਡ ਜ਼ਿਆਦਾ ਹੁੰਦੀ ਆ, ਹੁਣ ਭਾਵੇਂ ਰਾਤ ਦੇ 9 ਵਜੇ ਤੱਕ ਬਣਦੀ ਰਵੇ। ਨਹੀਂ ਨਹੀਂ ਵਧੀਆ, ਉਹ ਸਵੇਰੇ ਉਦਾਂ ਉੱਠਣ ਨੂੰ ਜੀ ਨਹੀਂ ਕਰਦਾ। ਤੇ ਤੁਹਾਡਾ ਵੀ ਧੰਨਵਾਦ, ਤੁਸੀਂ ਸਾਡੇ ਆਉਂਦੇ ਨੂੰ ਧੂਆਂ ਲਾਇਆ। ਦੇਖੋ ਸਾਨੂੰ ਵੇਟ ਹੀ ਤੁਹਾਡੀ ਵੀ ਡੀ ਕਰਦੇ ਸਾਡੀ। ਤੇ ਸੋਨੂੰ ਭਾ ਕਿੱਥੇ ਆ? ਸੋਨੂੰ ਭਾ ਜੀ ਅੰਦਰ ਵਾ, ਤੇ ਖੁੰਡੀ ਬਣ ਗਿਆ ਕਿ ਨਹੀਂ ਅਜੇ? ਤੁਹਾਡੇ ਉੱਥੇ ਸ੍ਰੀ ਰਮਿੰਦਰਪੁਰ ਅੱਗੇ ਵੱਧ ਖੁੰਡੀ ਆਂਟੀ ਨੇ ਛੋਲ ਪੁੱਠਾ ਲੈ ਲਿਆ ਜੀ। ਆਂਟੀ ਪਿੰਡ ਚ ਬੜੇ ਹੋ ਗਿਆ, ਕਿੱਡੇ ਜਾਣਾ ਨੇ ਵੇਖਿਆ ਚਾਚੀ, ਹੈਨਾ ਕਹਿਣਾ ਕਿ ਉਹ ਜਿਹੜੀ ਇਹ ਬੜੇ ਲੋਕਾਂ ਨੇ ਆਖਣਾ ਜਿਹੜੀ ਆਂਟੀ ਉਹ ਆਉਂਦੀ ਆ ਵੀਡੀਓ ਵਿੱਚ, ਉਹਨੇ ਛੋਲ ਪੁੱਠਾ ਲਿਆ ਸੀ। ਕਈ ਆਂਟੀ ਨੇ ਚਾਚੀ ਡਾਂਗ ਲੈਂਦੀ ਆ, ਨਹੀਂ ਨਹੀਂ ਆਂਟੀ ਨੇ ਲੋਹੇ ਦੀ ਰਾੜ ਲੈਂਦੀ ਅੱਜ। ਨਹੀਂ ਨਹੀਂ ਆਂਟੀ ਨੇ ਰਾੜ ਲੈਂਦੀ, ਉਹ ਦਿੰਦੇ ਅੰਕਲ ਨੂੰ ਸੀਨ ਵਧੀਆ ਕਰੋ ਜੇ ਕਰਨਾ। ਆਉਣ ਲੱਗੀ ਜੀ ਵੀਡੀਓ ਬਣ।
ਚਾਚੂ ਮੱਝ ਨੂੰ ਪੁੱਛ ਲਈ ਅੱਜ ਬਾਲਟੀ ਦੇ ਲੋਕੀ ਆਂਦੇ ਜੇ ਤੁਹਾਡੀਆਂ ਮਈਆਂ ਉੱਥੇ ਖੜਨ ਵਾਲੀਆਂ ਉੱਥੇ ਖੜਨ ਵਾਲੀਆਂ ਸੋ ਪਤਾ ਲੱਗ ਜੂ ਇਹਨਾਂ ਦੁੱਧ ਚੋਇਆ ਵਾ ਕੇ ਸਾਰੀਆਂ ਅੱਜ ਕੱਲ ਕੁੜੀਆਂ ਗਣੀਆਂ ਵੀ ਕਹਿੰਦੀਆਂ ਅਸੀਂ ਪਤਲੇ ਹੋ ਜਾਈਏ ਪਤਲੇ ਹੋ ਜਾਈਏ, ਫਿਰ ਆਪਣੀ ਮੱਝਾਂ ਨੂੰ ਕਿਉਂ ਮੋਟਾ ਕਰੀਏ? ਉਹ ਵੀ ਮੱਝ ਸੋਚ ਦੇਣੀਆਂ ਆਂਟੀ ਮੈਂ ਥੋੜਾ ਮੈਨੂੰ ਦੱਸਣਾ ਸੀ, ਬੜਾ ਚੜ੍ਹਨਾ ਸੀ ਉਦਾਂ, ਮੈਂ ਸੋੜ ਮੁੜੇ ਬੜੀ ਚੜ੍ਹਨੀ ਮਿਲੀ ਚ ਜਾਣੀ ਸੀ ਸੋੜ, ਆਹੋ ਆਹੋ ਮੈਂ ਵਿੱਚ ਫਿਰ ਤੁਹਾਨੂੰ ਮੈਂ ਮੈਂਸ਼ਨ ਮੂੰਛੇ ਕਰਨਾ, ਤੁਹਾਡੇ ਬੜੇ ਸਬਸਕ੍ਰਾਈਬਰ ਬੰਦੇ ਨੇ ਮਿਲੀ ਜਾ ਆਂਟੀ, ਸਾਡੇ ਤੇ ਸਬਸਕ੍ਰਾਈਬਰ ਮਿਲਣ ਚੋਂ ਜਾਣੀ ਹਨਾ ਚਾਚੂ, ਆਂਟੀ ਤਾਂ ਗੱਲਾਂ ਦੱਸ ਕੇ ਕਰਿਆ ਕਰੋ ਬਸ। ਕੈਮਰਾ ਨੀ ਖੁੱਲਾ ਮੈਂ ਤੇ ਮੇਰੇ ਜੀਪ ਚ ਲੱਭੇ ਨਜ਼ਾਰੇ ਅੱਗੇ ਸੇਕੋ ਸਾਰੇ ਜਾਣੇ ਹੁਣ ਮੇਰਾ ਚਾਚੀ ਆ ਕਵਰ ਡਿੱਗ ਗਿਆ ਤੇ ਮੈਂ ਧੋ ਕੇ ਲਿਆਂਦਾ ਸੀ, ਆ ਲੈ ਜਾ ਮੈਂ ਹੋ ਗਿਆ ਮੇਰਾ, ਆ ਲੈ ਜਾ ਅੰਦਰ, ਹੱਥ ਤੇ ਫਰੀਜ ਹੁੰਦੇ ਆ, ਲੈ ਮੈਂ ਉਥੇ ਫੜਾ ਦੇਣਾ ਸੋਨੂ ਨੂੰ, ਉਹ ਮੇਰਾ ਕਵਰ ਹੀ ਉੱਤੇ ਡਿੱਗ ਗਿਆ ਸੀ, ਅੱਗ ਮਾਰ ਕੇ ਬਚਿਆ ਸੀ, ਲੱਗੀ ਸਿੱਕਰ ਮੈਂ ਕਹਿੰਦੀ ਨਾ ਮੇਰੇ ਉਂਗਲਾਂ ਦੀਆਂ ਜੋੜ ਪੀੜ ਹੁੰਦੇ ਆ, ਜੋੜ ਇਹਦੇ ਠੰਡ ਨਾ ਮੈਂ ਮੱਝ ਕਰਕੇ ਹੁੰਦੀ, ਲੈ ਉਹਦੇ ਅੰਦਰ ਮੱਝ ਖਾ ਲੈ ਰੋਟੀ, ਉਹ ਓ ਮਾਈ ਗੋਡ ਰੋਟੀ ਡਾਂਸ ਕਰਦੀ ਫੇਰ ਦੀ ਅੱਗ ਸਾਹਮਣੇ ਜਾ ਜੀ, ਇੱਥੇ ਇੱਥੇ ਲੱਗਦਾ ਹੈ ਕਿ ਜਿੱਦਾਂ ਮਤਲਬ ਕਿ ਬੜਾ ਵਧੀਆ ਚੀਜ਼ ਵਾ, ਉਦਾਂ ਨਾ ਇਹ ਆ ਅੱਗ ਸੇਕੋ ਤੇ ਮਤਲਬ ਸਿਰ ਸੁਰ ਪੀਣ ਨਹੀਂ ਹੁੰਦੀ, ਉਹ ਹੀਟਰ ਅੱਗੇ ਹੁੰਦਾ, ਹੀਟਰ ਅੱਗੇ ਸਿਰ ਪੀੜੋਂ ਹੁੰਦਾ, ਉਹ ਗੱਡੀ 'ਚ ਬੜੀ ਹੁੰਦੀ ਹੈ, ਮਨਜੋਤ ਰਾਤ ਨੂੰ ਕਹੂਗਾ ਮੈਂ ਹੀਟਰ ਲਾਉਣਾ ਹੀ ਲਾਉਣਾ ਵਾ, ਤੇ ਮੈਂ 10-15 ਮਿੰਟ ਲਾ ਕੇ ਨਾ ਮਨਜੋਤ ਨੂੰ ਤੇ ਫਿਰ ਮੈਂ ਉਸ ਵੇਲੇ ਕਰ ਦਿੰਦੀ ਨਹੀਂ ਬੰਦ, ਮੈਂ ਹੈ ਐਵੇਂ ਭਰਾਵਾ ਅੰਦਰੇ ਤੁਹਾਡੇ ਲਈ ਹੀਟਰ ਵੱਡਾ ਹੋ ਜਾਂਦਾ, ਹਾਂ ਸਿਰ ਪੀੜ ਬੜੀ ਹੁੰਦੀ ਮੇਰੇ, ਮੈਂ ਤਾਂ ਕਿੰਨੀ ਪਰੇ ਹੁੰਦੀ ਹੀਟਰ ਤੋਂ ਹਨਾ ਲਾਸਟ ਤੇ ਬੈੱਡ ਤੇ, ਉਹ ਤਾਂ ਵੀ ਹੁੰਦੀ ਆ, ਤਾਂ ਵੀ ਸਿਰ ਪੀੜ ਬੜੀ ਹੁੰਦੀ, ਉਹ ਮੰਮੀ ਜੇ ਮੰਮੀ ਲੋਨੀ ਦੀ ਰਾਨੋ ਰਾਤ ਨੂੰ ਬੜਾ ਕਰ ਲੈਂਦਾ ਮੂੰਹ ਸੇ ਮਾਰ ਲਾ ਪੈਂਦਾ ਹੁੰਦਾ, ਹਾਂ ਆ ਜੂ ਅੱਗ ਸੇ ਕੀ ਅੱਗ ਜੋ ਨੈਚੁਰਲ ਉਹ ਨੈਚੁਰਲ ਹੀ ਆ ਜੋ ਮਰਜੀ, ਉਹ ਇਹਦੇ ਲਾਗੇ ਆ ਕੇ ਠੰਡ ਵੀ ਨਹੀਂ ਲੱਗਦੀ, ਹੂੰ ਹੀਟਰ ਦੇ ਜਿੱਥੇ ਇੱਥੇ ਬਸ ਮਾੜਾ ਮਾੜਾ ਸੇਕ ਮਾਰਦਾ ਚੋਰ, ਇਹਦੇ ਆਸਰੇ ਨਾ ਬੈਠੇ ਰਹੀਦਾ, ਅੱਗ ਦਾ ਨਾਂ ਕੋਈ ਨਹੀਂ ਲੈਂਦਾ ਧੂਏ ਦਾ ਹੀ ਲੈਂਦਾ, ਧੂਆਂ ਸੇਕਣਾ, ਧੂਆਂ ਸੇਕਣਾ ਅੱਗ, ਅੱਗ ਨੂੰ ਤੇ ਜਾ ਕੇ ਅੱਗ ਤੇ ਕਦੀ ਕਦੀ ਬਲਦੀ, ਆ ਚਾਚ ਉਹ ਮਾਂ ਕਿਤੇ ਬੜੀ ਬੁਰੇ ਕਰਕੇ, ਪਰਸੋਂ ਹੀ ਸੀਨ ਨਹੀਂ ਬਣਾਉਣ ਜਾਂਦੇ ਭਾਂਬੜੀ ਰਾਤ ਨੂੰ ਤੇ ਕਿੰਨੇ ਥਾਵਾਂ ਤੇ ਮਤਲਬ ਐ ਘੁੱਪ ਹਨੇਰਾ ਹਨਾ ਕੋਈ ਵੀ ਨਹੀਂ ਹੈਗਾ, ਤੇ ਬਸ ਮਾੜਾ ਜਿਹਾ ਧੂਆਂ ਬਲਣ ਡਿਆ ਉਹਦੇ ਦੁਆਲੇ 5-6 ਬੰਦੇ, ਫਿਰ ਹੋਰ ਕਿਤੇ ਜਾ ਕੇ ਸਾਡੇ ਸਕੂਲ ਲਾਗੇ ਕਈ ਬੈਠੇ ਹੁੰਦੇ, ਆਹੋ ਹੋਰ ਕਿਤੇ ਜਾ ਕੇ ਫਿਰ
ਮਾੜਾ ਜਿਹਾ ਧੂੰਆਂ ਲਾ ਕੇ ਪੰਜ ਛੇ ਬੰਦੇ ਉਹਦੇ ਦੁਆਲੇ ਬਾਕੀ ਕਿਤੇ ਐ ਸੁੰਨ ਸਾਨ ਪਈ ਅੱਗ ਹੈਗੀ ਵਧੀਆ ਚੀਜ਼ ਹੈਗੀ ਠੰਡ ਚ ਠੰਡ ਚ ਅੱਗ ਤੇ ਗਰਮੀਆਂ ਚ ਏਸੀ ਕਿੰਨਾ ਟਾਈਮ ਹੋ ਗਿਆ 8:53 ਹੋ ਗਿਆ ਨੌ ਵੱਜ ਗਏ ਅੰਗਲੈਂਡ ਨੇ ਕਹਿੰਦੇ ਨਾ ਇੰਨੀ ਠੰਡ ਵਾ ਹੈ ਅੰਗਲੈਂਡ ਨੇ ਹਾਂ ਠਰਦਿਆਂ ਨੇ ਜਾਣਾ ਸੀ ਠਰਦਿਆਂ ਨੇ ਜਾਣਾ ਹੁਣ ਜਾਣਾ ਵੀ ਕਿੱਥੇ ਸਿਰੀਰ ਕੋ ਬਿੰਦੂ ਹੋਰ ਲੱਗੇ ਜਾਣਾ ਕਿਤੇ ਲੱਗ ਹੀ ਜਾਣਾ ਹੋਰ ਨਾਨਕੇ ਮੇਰੇ ਤਾਂ ਤੂੰ ਵੀ ਚੱਲਾ ਵਾ ਆਹ ਗੱਡੀ ਅੰਦਰ ਲਾਉਣੀ ਅੰਦਰ ਲਾਉਣ ਲੱਗੇ ਹੁਣੇ ਆ ਰਾਤ ਨੂੰ ਕੱਲ ਸੁੱਖ ਨੇ ਬਣਨੇ ਆ ਕੱਲ ਨੂੰ ਸੁੱਖ ਦੇ ਵੀ ਰਾਤ ਨੂੰ ਭਾਜੀ ਦੇ ਥੋੜੇ ਬਣਾ ਲਾਂਗੇ ਨਾ ਦਿਨੇ ਦੁਨੇ ਵੀ ਭਾਵੇਂ ਪੂਰਾ ਚਾਨਣ ਧੂਆਂ ਸੇਕ ਲੋ ਹੋਰ ਧੂਆਂ ਸੇਕ ਲੋ ਦੋ ਮਿੰਟ ਨਿਕਲ ਜਾਓ ਹਾਂ ਮਾਮੇ ਨਾ ਹੋ ਗਿਆ ਇੱਕ ਹੁਣ ਸੀਨ ਬਣਾਉਂਦੇ ਹਾਸਾ ਉਧਰੋਂ ਮਾਮਾ ਦੀ ਖਾਂਡਾ ਪੇ ਡੋਡੀਆਂ ਉਧਰੋਂ ਕੈਮਰਾ ਸਟਾਰਟ ਹੋ ਗਿਆ ਕੈਮਰਾ ਸਟਾਰਟ ਨਾ ਉਧਰੋਂ ਮੈਂ ਮੂਹਰੇ ਮੈਂ ਵੇਖਣ ਦੀ ਮੈਂ ਹਾਏ ਹਾਏ ਕੋਈ ਦੱਸ ਇੱਕ ਮੈਂ ਲਗਾ ਸੀ ਨਹੀਂ ਮੈਂ ਫੁੱਕ ਦੇਣੀਆਂ ਸੀ ਮੈਂ ਦੇ ਫੁਰ